ਗੈਂਗਸਟਰ ਮਨਪ੍ਰੀਤ ਮੰਨਾ ਦੇ ਕਤਲ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਲਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਗਈ। 5 ਦਿਨਾਂ ਪੁਲਿਸ ਰਿਮਾਂਡ 'ਤੇ ਲੈ ਕੇ ਲਾਰੈਂਸ ਬਿਸ਼ਨੋਈ ਪਾਸੋਂ ਪੁੱਛਗਿੱਛ ਕੀਤੀ ਗਈ ਸੀ, ਜਿਸ ਤੋਂ ਬਾਅਦ ਲੰਘੇ ਦਿਨੀ ਅਦਾਲਤ 'ਚ ਪੇਸ਼ ਵੀ ਕੀਤਾ ਗਿਆ। ਪੁਲਿਸ ਵੱਲੋਂ ਇੱਕ ਵਾਰ ਫਿਰ ਹੋਰ ਪਾਜ ਉਧੇੜਨ ਲਈ 8 ਦਿਨਾਂ ਰਿਮਾਂਡ ਦੀ ਮੰਗ ਕੀਤੀ ਗਈ ਹੈ, ਪਰ ਅਦਾਲਤ ਨੇ 4 ਦਿਨਾਂ ਰਿਮਾਂਡ ਦੀ ਇਜਾਜ਼ਤ ਦਿੱਤੀ। 2 ਦਸੰਬਰ ਨੂੰ ਮਨਪ੍ਰੀਤ ਮੰਨਾ ਦਾ ਕਤਲ ਹੋਇਆ ਅਤੇ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਦੀ ਜੇਲ੍ਹ 'ਚੋਂ ਪੁੱਛਗਿੱਛ ਲਈ ਮਲੋਟ ਲਿਆਂਦਾ ਗਿਆ। ਲਾਰੈਂਸ ਦੀ ਅਗਲੀ ਪੇਸ਼ੀ ਹੁਣ 3 ਜਨਵਰੀ ਨੂੰ ਹੋਏਗੀ। ਇਸ ਬਾਬਤ ਕੇਸ ਦੀ ਪੜਤਾਲ ਕਰ ਰਹੇ DSP ਨੇ ਦੱਸਿਆ ਕਿ ਮੰਨਾ ਕਤਲ ਮਾਮਲੇ 'ਚ ਬਿਸ਼ਨੋਈ ਨੂੰ ਪੁੱਛਗਿੱਛ ਲਈ ਰਾਜਸਥਾਨ ਜੇਲ੍ਹ 'ਚੋਂ ਲਿਆਂਦਾ ਗਿਆ। ਅਸੀਂ ਅੱਜ 8 ਦਿਨ ਦਾ ਰਿਮਾਂਡ ਮੰਗਿਆ ਸੀਗਾ ਅਤੇ ਮਾਨਯੋਗ ਜੱਜ ਸਾਹਿਬ ਨੇ ਸਾਨੂੰ 5 ਦਿਨ ਦਾ ਰਿਮਾਂਡ ਦਿੱਤਾ। ਅਸੀਂ 3 ਤਰੀਕ ਨੂੰ ਇਹਨੂੰ ਦੁਬਾਰਾ ਪੇਸ਼ ਕਰਾਂਗੇ। ਅਸੀਂ ਕਾਫੀ ਨੇੜੇ ਹਾਂ ਜੀ, ਬਾਕੀ ਸਾਰਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਅਗਲਾ ਜਦੋਂ ਪੇਸ਼ ਕੀਤਾ ਕਿ ਮੇਰਾ ਖਿਆਲ ਆ ਅਸੀਂ ਕਰ ਦਿਆਂਗੇ ਇਹਨੂੰ ਪੂਰਾ ਡਿਸਕਲੋਜ਼ ਕਰ ਦਿਆਂਗੇ। ਨਹੀਂ, ਇਨਵੈਸਟੀਗੇਸ਼ਨ ਬਿਲਕੁਲ ਪੁਖਤਾ ਚੱਲ ਰਹੀ ਹੈ, ਬਟ ਆਈ ਕਾਂਟ ਡਿਸਕਲੋਜ਼ ਐਟ ਦਿਸ ਮੂਮੈਂਟ, ਕਿਉਂਕਿ ਸਾਡੀ ਉਹ ਹੈਂਪਰ ਹੋ ਸਕਦੀ ਹੈ। ਤੁਹਾਨੂੰ ਪਤਾ ਹੀ ਹੈ, ਬੜਾ ਸੰਗੀਨ ਮਾਮਲਾ ਹੈ ਅਤੇ ਨੈਕਸਟ ਤੱਕ ਅਸੀਂ ਜਿਹੜਾ ਜਦੋਂ ਪੇਸ਼ ਕਰਨਾ ਹੈ ਮੇਰਾ ਖਿਆਲ ਆ ਅਸੀਂ ਉਸ ਤੋਂ ਪਹਿਲਾਂ ਸਾਰਾ ਕੁਝ ਤੁਹਾਨੂੰ ਖੁਦ ਹੀ ਦੱਸ ਦਿਆਂਗੇ। ਦੇਖੋ, ਪਾਰਟ ਆਫ ਇਨਵੈਸਟੀਗੇਸ਼ਨ ਹੈ, ਇਸ ਵੇਲੇ ਕੁਛ ਨਹੀਂ ਤੁਹਾਨੂੰ ਕਿਹਾ ਜਾ ਸਕਦਾ, ਤੁਹਾਨੂੰ ਖੁਦ ਹੀ ਦੱਸ ਦਿਆਂਗੇ ਸਾਰਾ ਕੁਛ। ਉਹ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਇਹ ਨਹੀਂ ਅਸੀਂ ਦੱਸ ਸਕਦੇ, ਬਟ ਲੇਕਿਨ ਅਸੀਂ ਕਿਸੇ ਨੂੰ ਵੀ ਲੈ ਰਹੇ ਹਾਂ ਅਤੇ ਅਸੀਂ ਬਿਲਕੁਲ ਵਿਦ ਸਬੂਤ ਲੈ ਰਹੇ ਹਾਂ ਅਤੇ ਅਸੀਂ ਬਿਲਕੁਲ ਕੰਕਰੀਟ ਜਿਹੜਾ ਤੁਹਾਨੂੰ ਇਹਦਾ ਆਊਟਕਮ ਜਿਹੜੀ ਹੈ ਜਲਦੀ ਦੱਸ ਦਿਆਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।